ਦੋ ਸੈਲਾਨੀਆਂ ਨੂੰ ਗੋਲੀ ਮਾਰੀ ਹੈ। ਅੱਤਵਾਦੀ ਹਮਲੇ ਚ ਪਤੀ ਪਤਨੀ ਜ਼ਖਮੀ ਹੋਏ ਨੇ। ਆਜ ਸ਼ੋਪੀਆਂ ਚ ਅੱਤਵਾਦੀਆਂ ਨੇ ਸਾਬਕਾ ਸਰਪੰਚ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇੱਕ ਘੰਟੇ ਦੇ ਅੰਦਰ ਇਹ ਦੋ ਥਾਵਾਂ ਤੇ ਅੱਤਵਾਦੀ ਹਮਲੇ ਹੋਏ। ਪਹਿਲੀ ਘਟਨਾ ਅਨੰਤਨਾਗ ਦੇ ਪਹਿਲਗਾਮ ਦੇ ਨੇੜੇ ਓਪਨ ਟੂਰਿਸਟ ਕੈਂਪ ਦੀ ਹੈ, ਜਿੱਥੇ ਅੱਤਵਾਦੀਆਂ ਨੇ ਇੱਕ ਟੂਰਿਸਟ ਕਪਲ ਨੂੰ ਦੱਸਦੀ ਕਿ ਗੋਲੀ ਮਾਰੀ। ਔਰ ਕਪਲ ਰਾਜਸਥਾਨ ਦੇ ਜੈਪੁਰ ਦਾ ਦੱਸਿਆ ਜਾ ਰਿਹਾ। ਪਤੀ ਪਤਨੀ ਰਿਜ਼ੋਰਟ ਦੇ ਵਿੱਚ ਰੁਕੇ ਹੋਏ ਸੀ। ਔਰ ਮਹਿਲਾ ਦਾ ਨਾਮ ਫਰਾਹ ਦੱਸਿਆ ਜਾ ਰਿਹਾ, ਪਤੀ ਦਾ ਨਾਮ ਤਬਰੇਜ਼ ਹੈ। ਪਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਾਂ ਕਪਲ ਨੂੰ ਪਹਿਲਾਂ ਦੱਸਦੀ ਕਿ ਨਜ਼ਦੀਕੀ ਹਸਪਤਾਲ ਚ ਦਾਖਲ ਕਰਾਇਆ ਗਿਆ, ਪਰ ਦੋਵਾਂ ਦੀ ਹਾਲਤ ਗੰਭੀਰ ਸੀ ਤਾਂ ਉਹਨਾਂ ਨੂੰ GMC ਅਨੰਤਨਾਗ ਰੈਫਰ ਕਰ ਦਿੱਤਾ ਗਿਆ ਹੈ। ਤਾਂ ਘਟਨਾ ਤੋਂ ਕੁਝ ਦੇਰ ਬਾਅਦ ਸ਼ੋਪੀਆਂ ਦੇ ਹੀਰ ਪੋਰਾ ਦੇ ਵਿੱਚ ਕਰੀਬ 10:30 ਰਾਤ ਦੀ ਘਟਨਾ ਹੈ, ਜਦੋਂ ਅੱਤਵਾਦੀਆਂ ਨੇ ਦੂਜਾ ਹਮਲਾ ਕੀਤਾ, ਸਾਬਕਾ ਸਰਪੰਚ ਦਾ ਕਤਲ ਕਰ ਦਿੱਤਾ ਹੈ। ਤਾਂ ਇੱਥੇ ਵੀ ਬੇਹੱਦ ਅਹਿਮ ਹੈ। ਔਰ ਸਾਬਕਾ ਸਰਪੰਚ ਦਾ ਨਾਂ ਦੱਸ ਦਈਏ ਕਿ ਅਹਿਮਦ ਦੱਸਿਆ ਜਾ ਰਿਹਾ ਹੈ, ਜਿਸਦੇ ਗੋਲੀਆਂ ਮਾਰੀਆਂ ਗਈਆਂ ਔਰ ਉਸਦੀ ਮੌਤ ਹੋ ਗਈ ਹੈ। ਤਾਂ ਜੰਮੂ ਕਸ਼ਮੀਰ ਚ ਦੋਵੇਂ ਹਮਲੇ ਜਿਹੜੇ ਨੇ ਆਰਟੀਕਲ 370 ਹਟਣ ਤੋਂ ਬਾਅਦ ਦੱਸ ਦਈਏ ਕਿ ਪਹਿਲੀ ਵਾਰ ਲੋਕ ਸਭਾ ਚੋਣ ਹੋਣ ਜਾ ਰਹੀ ਹੈ ਔਰ 20 ਮਈ ਨੂੰ 5ਵੇਂ ਫੇਜ਼ ਦੇ ਵਿੱਚ ਬਾਰਾਮੂਲਾ ਸੀਟ ਤੇ ਵੋਟਿੰਗ ਹੋਣੀ ਹੈ। 25 ਮਈ ਨੂੰ 6ਵੇਂ ਫੇਜ਼ ਦੇ ਵਿੱਚ ਦੱਸ ਦਈਏ ਕਿ ਇਹ ਵੋਟਿੰਗ ਹੋਣੀ ਹੈ ਅਨੰਤਨਾਗ ਰਾਜੌਰੀ ਸੀਟ ਤੇ। ਤਾਂ ਉਸ ਤੋਂ ਪਹਿਲਾਂ ਇਹ ਦੋ ਅੱਤਵਾਦੀ ਹਮਲੇ ਵੱਡੇ, ਜਿਸ ਦੇ ਵਿੱਚ ਵੱਡਾ ਨੁਕਸਾਨ ਹੋਇਆ, ਜਾਨੀ ਨੁਕਸਾਨ ਹੋਇਆ ਸਾਬਕਾ ਸਰਪੰਚ ਦਾ ਪਤੀ। ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਬੇਹੱਦ ਹੀ ਜ਼ਿਆਦਾ ਭਾਵੁਕ ਕਰਨ ਵਾਲੀਆਂ ਤਸਵੀਰਾਂ ਇਹ ਤਰਕਸਾਰ ਸਾਨੂੰ ਸਾਹਮਣੇ ਆਈਆਂ ਦੇਖਣ ਨੂੰ। ਉਧਮਪੁਰ ਅਤੇ ਜੰਮੂ ਦੇ ਵਿੱਚ ਦੱਸਦੀ ਕਿ 19 ਅਤੇ 26 ਅਪ੍ਰੈਲ ਨੂੰ ਵੋਟਿੰਗ ਹੋਏਗੀ। ਤਾਂ ਸ਼੍ਰੀਨਗਰ ਦੇ ਵਿੱਚ ਵੋਟਿੰਗ ਹੋਈ ਹੈ ਔਰ ਸ਼੍ਰੀਨਗਰ ਦੇ ਵਿੱਚ 13 ਮਈ ਨੂੰ ਵੋਟਿੰਗ ਹੋਈ ਸੀ। ਹਾਲਾਂਕਿ ਵੋਟ ਪ੍ਰਤੀਸ਼ਤ ਪਹਿਲਾਂ ਦੇ ਨਾਲੋਂ ਜ਼ਰੂਰ 3-4% ਵਧਿਆ, ਪਰ ਕੁੱਲ ਮਿਲਾ ਕੇ ਲੋਕ ਸਭਾ ਚੋਣ ਦੇ ਲਈ ਪਹਿਲੀ ਵਾਰ ਵੋਟਿੰਗ ਹੋਣ ਜਾ ਰਹੀ ਹੈ ਔਰ ਉਸ ਤੋਂ ਪਹਿਲਾਂ ਵੱਡਾ ਅੱਤਵਾਦੀ। ਤਾਂ ਤਸਵੀਰਾਂ ਬੇਹੱਦ ਹੀ ਭਾਵੁਕ ਕਰਨ ਵਾਲੀਆਂ ਨੇ ਔਰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ। ਤਾਂ ਟੂਰਿਸਟ ਓਪਨ ਟੂਰਿਸਟ ਕੈਂਪ ਦੇ ਵਿੱਚ ਫਾਇਰਿੰਗ ਕਰ ਦਿੱਤੀ ਗਈ ਆ ਕੇ ਪਤੀ ਪਤਨੀ ਦੋਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਰਿਜ਼ੋਰਟ ਦੇ ਵਿੱਚ ਰੁਕੇ ਹੋਏ ਸੀ, ਅੰਦਾਜ਼ਾ ਲਾਇਆ ਜਾ ਸਕਦਾ ਹੈ ਕੋਈ ਸੈਲਾਨੀ ਹੋਏ ਔਰ ਘੁੰਮਣ ਗਿਆ ਹੋਵੇ, ਪਰ ਉਸ ਤੇ ਇਸ ਕਿਸਮ ਦੇ ਨਾਲ ਕੀਤਾ ਗਿਆ ਹਮਲਾ। ਅੱਗੇ ਵਧਾਂਗੇ, ਬਟਾਲਾ ਤੋਂ ਖਬਰ ਆ ਰਹੀ ਹੈ। ਬਟਾਲਾ ਦੇ ਵਿੱਚ ਬੇਕਾਬੂ ਕਾਰ ਨੇ ਮਾਂ ਪੁੱਤ ਨੂੰ ਦਰੜ ਦਿੱਤਾ ਹੈ। 4 ਸਾਲ ਦੇ ਮਾਸੂਮ ਦੀ ਮੌਤ ਹੋ ਗਈ ਹੈ, ਮੰਦਭਾਗੀ ਖਬਰ ਹੈ। ਮਾਂ ਗੰਭੀਰ ਤੌਰ ਤੇ ਜ਼ਖਮੀ ਹੈ, ਆਪਣੇ ਨਾਬਾਲਗ ਬੱਚੇ ਨੂੰ ਗੱਡੀ ਸਿਖਾ ਰਹੀ ਸੀ ਕਾਰ ਚਾਲਕ। ਦੱਸ ਦਈਏ ਕਿ ਅਚਾਨਕ ਬੈਲੈਂਸ ਵਿਗੜਨ ਦੇ ਕਰਕੇ ਵਾਪਰਿਆ ਹੈ ਹਾਦਸਾ। ਗਲੀ ਦੇ ਵਿੱਚ ਪੈਦਲ ਜਾ ਰਹੇ ਮਾਂ ਪੁੱਤ ਜਿਹੜੇ ਨੇ ਉਹ ਲਪੇਟ ਦੇ ਵਿੱਚ ਆ ਗਏ। ਤਾਂ ਪ੍ਰਵਾਸੀ ਇਹ ਦੱਸੇ ਜਾ ਰਿਹਾ ਪਰਿਵਾਰ, ਮ੍ਰਿਤਕ ਬੱਚੇ ਦਾ ਪਰਿਵਾਰ। ਤਾਂ ਪੁਲਿਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ। ਬੱਚੇ ਦੀ ਪੁਰਾਣੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ। ਤਾਂ ਮਾਂ ਪੁੱਤ ਨੂੰ ਦਰੜ ਦਿੱਤਾ ਹੈ ਔਰ 4 ਸਾਲ ਦਾ ਮਾਸੂਮ ਹੈ ਜਿਸਦੀ ਮੌਤ ਹੋ ਗਈ ਹੈ। ਆਪਣੇ ਨਾਬਾਲਗ ਬੱਚੇ ਨੂੰ ਗੱਡੀ ਸਿਖਾ ਰਹੀ ਸੀ ਕਾਰ ਚਾਲਕ, ਜਿਸਦੇ ਕਰਕੇ ਬੈਲੈਂਸ ਵਿਗੜ ਗਿਆ ਔਰ ਇਹ ਗਲੀ ਦੇ ਵਿੱਚ ਜਾ ਰਹੇ ਪੈਦਲ ਜਾ ਰਹੇ ਮਾਂ ਪੁੱਤ ਨੂੰ ਚਪੇਟ ਦੇ ਵਿੱਚ ਲੈ ਗਿਆ। ਹਾਂਜੀ, ਇਹ ਭਾਜੀ ਸਾਡੇ ਘਰ ਕਿਰਾਏ ਦਾ ਰਹਿੰਦੇ ਰੈਂਟ ਤੇ, ਅਤੇ ਉਹਨਾਂ ਦੇ 2 ਬੇਟੇ 1 ਬੇਟੀ ਆ। ਅਤੇ ਉਹ ਮੰਦਰੇ ਚੱਲੀ ਸੀ, ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣਾ, ਅਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆ। ਇਹਨਾਂ ਦੇ ਬੇਟੇ ਛੋਟੇ ਨੇ, 4 ਕੁ ਸਾਲ ਦਾ, 4 ਕੁ ਸਾਲ ਦਾ ਝੰਤ ਲੱਗਾ ਹੈ, ਪਤਾ ਨਹੀਂ ਲੱਗਾ ਇਸ ਚੀਜ਼ ਉੱਤੇ ਬੈਠੇ ਹਨ। ਅਤੇ ਬਾਅਦ 'ਚ ਪਤਾ ਲੱਗਾ ਉਦੋਂ ਲੈ ਗਏ ਸੀਗੇ ਬੱਚੇ, ਬੜੀ ਉਹਨਾਂ ਨੇ ਕੀਤੀ ਉੱਦਾਂ ਹਵਾਸਤ ਮੁੰਡਿਆਂ ਨੇ, ਲੈ ਗਏ ਸੀ ਉਸ ਦਿਨ।
ਇਹਨਾਂ ਅਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ 'ਤੇ ਰਹਿੰਦਾ, ਉਹਦੀ ਵਾਈਫ ਸੀਗੀ ਅਤੇ ਆਪਣੇ ਬੇਟੇ ਨੂੰ ਲੈ ਕੇ, 4 ਸਾਲ ਦਾ ਉਹਦਾ ਬੇਟਾ ਵਾ, ਉਹ ਮੰਦਰ ਚੱਲੇ ਸੀਗੇ। ਪਿੱਛੋਂ ਸਕੋਰਪੀਓ ਗੱਡੀ ਆਈ, ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ। ਉਹਦਾ ਬੇਟਾ ਸੀਰੀਅਸ ਸੀਗਾ, ਜਿਹਨੂੰ ਅੰਮ੍ਰਿਤਸਰ ਲੈ ਕੇ ਗਏ, ਜਿਹਦੀ ਡੈਥ ਹੋ ਗਈ ਹੈ, ਅਤੇ ਵਾਈਫ ਉਹਦੀ ਦਾ ਗਿੱਟਾ ਫ੍ਰੈਕਚਰ ਹੋਇਆ ਅਤੇ ਸੋਨੀਆਂ ਅਤੇ ਉਹਦੇ ਵੀ ਸੱਟਾਂ ਲੱਗੀਆਂ ਨੇ। ਅਸੀਂ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ, ਅਗਲੀ ਕਾਰਵਾਈ ਕਰੀ। ਅੱਗੇ ਵਧਾਂਗੇ ਤਾਂ 24 ਦੀਆਂ ਚੋਣਾਂ ਦਾ ਜ਼ਿਕਰ ਕਰਦੇ ਹਾਂ। ਗੁਰਜੀਤ ਔਜਲਾ ਦੇ ਸਮਰਥਕ ਤੇ ਫਾਇਰਿੰਗ ਦੀ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ। ਪੁਲਿਸ ਨੇ 5 ਲੋਕਾਂ ਦੇ ਖਿਲਾਫ ਦਰਜ ਕੀਤੀ FIR ਦਰਜ ਕਰ ਲਈ ਹੈ। ਇਰਾਦਾ ਕਤਲ ਅਤੇ ਕਈ ਹੋਰ ਧਾਰਾਵਾਂ ਦੇ ਤਹਿਤ FIR ਦਰਜ ਕੀਤੀ ਗਈ ਹੈ। ਕਾਲੇ ਰੰਗ ਦੀ ਗੱਡੀ ਆਉਂਦੀ ਹੈ, ਆਡੀ ਆਉਂਦੀ ਹੈ, ਔਰ ਉਸਦੇ ਵਿੱਚ 5 ਮੁਲਜ਼ਮ ਸਵਾਰ ਦੱਸੇ ਜਾ ਰਹੇ ਨੇ। ਤੇਜ਼ਧਾਰ ਹਥਿਆਰਾਂ ਦੇ ਨਾਲ ਔਜਲਾ ਦੇ ਸਮਰਥਕ ਤੇ ਲਵਲੀ ਕੁਮਾਰ ਤੇ ਹਮਲਾ ਕੀਤਾ ਗਿਆ ਸੀ। ਅਮਨਦੀਪ ਸਿੰਘ ਨਾਂ ਦੇ ਮੁਲਜ਼ਮ ਨੇ ਦੱਸਿਆ ਕਿ ਪਿਸਤੌਲ ਦੇ ਨਾਲ ਫਾਇਰ ਕੀਤਾ। ਅਜਨਾਲਾ ਚ ਗੁਰਜੀਤ ਔਜਲਾ ਦੀ ਰੈਲੀ ਦੇ ਨੇੜੇ ਫਾਇਰਿੰਗ ਹੋਈ ਸੀ, ਜਿਸ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਔਰ ਸਾਫ ਤੌਰ ਤੇ ਇਸ ਦੇ ਵਿੱਚ ਵੇਖਿਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਇਹ ਭੱਜ ਰਹੇ ਨੇ, ਆਡੀ ਦੇ ਵਿੱਚ ਇਹ ਆਉਂਦੇ ਨੇ, ਔਰ ਆਡੀ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ। ਤਾਂ ਤੇਜ਼ ਧਾਰ ਹਥਿਆਰ ਜਿਹੜੇ ਨੇ ਉਹ ਵੀ ਇਹਨਾਂ ਦੇ ਕੋਲ ਨੇ, ਔਰ ਨਾਲ ਹੀ 5 ਮੁਲਜ਼ਮ ਨੇ ਕਾਲੇ ਰੰਗ ਦੀ ਆਡੀ ਦੇ ਵਿੱਚ ਆਉਂਦੇ। ਤੇਜ਼ ਧਾਰ ਹਥਿਆਰਾਂ ਦੇ ਨਾਲ ਔਜਲਾ ਸਮਰਥਕ ਲਵਲੀ ਕੁਮਾਰ ਤੇ ਦੱਸਦੀ ਹੈ ਕਿ ਹਮਲਾ ਕੀਤਾ ਗਿਆ, ਔਰ ਇਹ ਤਸਵੀਰਾਂ ਜਿਹੜੀਆਂ ਨੇ ਸਾਫ਼ ਤੌਰ ਤੇ ਵੇਖੀਆਂ ਜਾ ਸਕਦੀਆਂ ਨੇ ਕਿਸ ਤਰੀਕੇ ਦੇ ਨਾਲ ਆਉਂਦੇ ਨੇ, ਹਮਲਾ ਕਰਦੇ ਨੇ, ਉਸ ਤੋਂ ਬਾਅਦ ਇਸੇ ਗੱਡੀ ਦੇ ਵਿੱਚ ਬੈਠ ਕੇ ਇਹ ਫਰਾਰ ਹੋ ਜਾਂਦੇ ਨੇ। ਔਰ ਇਹ ਦੱਸਿਆ ਗਿਆ, ਖੁਦ ਵੀ ਗੁਰਜੀਤ ਔਜਲਾ ਦੱਸ ਰਹੀ ਕਿ ਦੱਸ ਰਹੇ ਸਨ ਕਿ ਕਿਸ ਤਰੀਕੇ ਦੇ ਨਾਲ ਜਦੋਂ ਗਰਮੀ ਦੇ ਚੱਲਦੇ ਕੁਝ ਪੀਣ ਗਿਆ ਤਾਂ ਉਸ ਮੌਕੇ ਤੇ ਉਸ ਤੇ ਇਹ ਹਮਲਾ ਹੋਇਆ ਹੈ। ਅਜਨਾਲਾ ਦੇ ਵਿੱਚ ਗੁਰਜੀਤ ਔਜਲਾ ਦੀ ਰੈਲੀ ਸੀ, ਜਿਸ ਦੇ ਨੇੜੇ ਫਾਇਰਿੰਗ ਹੋਈ ਸੀ। ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ, ਉਹ ਰੌਂਦ ਉਹ ਜਿਹੜਾ ਫਾਇਰ ਕੀਤਾ ਗਿਆ ਸੀ ਉਹ ਵੀ ਦਿਖਾ ਰਹੇ ਸਨ ਗੁਰਜੀਤ ਔਜਲਾ। ਤਾਂ ਅੰਮ੍ਰਿਤਸਰ ਦੇ DC ਤੋਂ ਰਿਪੋਰਟ ਮੰਗੀ ਗਈ ਹੈ। ਔਜਲਾ ਨੇ ਕੁਲਦੀਪ ਧਾਲੀਵਾਲ ਦੇ ਲੋਕਾਂ ਤੇ ਇਲਜ਼ਾਮ ਲਾਏ ਨੇ, ਸਾਡੇ ਸਮਰਥਕ ਉਹਨਾਂ ਕਿਹਾ ਕਿ ਰੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਹ ਤਸਵੀਰਾਂ MR ਪਹਿਲੇ ਜਦੋਂ ਰੈਲੀ ਹੋ ਰਹੀ ਸੀ ਤੇ ਮੈਂ ਬੋਲ ਰਿਹਾ ਸਾਂ, ਮੁੰਡਾ ਭੱਜਾ ਆ ਸਾਡੇ ਕੋਲ, ਜਿਹਦੇ ਗੋਲੀਆਂ ਵੱਜੀਆਂ, ਕੋਈ ਸਾਊਂਡ ਸੀ, ਜਨਰੇਟਰ ਵੀ ਸੀ, ਸਾਨੂੰ ਪਤਾ ਨਹੀਂ ਲੱਗਾ ਬਿਲਕੁਲ ਜਿੰਨੀ ਸੜਕ ਇੰਨੀ ਦੂਰ ਇੰਨੀ ਦੂਰ ਸੀ। ਔਰ ਉਹ ਵਿਚਾਰਾ ਰੋਹ ਪੀਣ ਗਿਆ, ਗਰਮੀ ਸੀ ਬਹੁਤ ਜ਼ਿਆਦਾ, ਉਹ ਗਰਮੀ ਬਹੁਤ ਜ਼ਿਆਦਾ ਕਰਕੇ ਉਹ ਉੱਗਰ ਔਲਖਦਾ ਹੀ ਮੁੰਡਾ ਹੈ, ਉਹਦੇ ਪਿੰਡ ਦਾ ਹੀ ਸਰਪੰਚ ਹੈ, ਮਲਵਈ ਸਰਪੰਚ ਹੈ ਉਹਦਾ ਭਤੀਜਾ, ਜਿਹੜਾ ਕੋਈ ਕਰੀਬੀ ਰਿਸ਼ਤੇਦਾਰ ਹੈ ਧਾਰੀਵਾਲ ਦਾ। ਉਹਨੇ ਅੱਗੇ ਵੀ ਇੱਥੇ ਵਚੀਰੀ ਤੇ ਗਰੀਬ ਤੇ ਝੂਠੇ ਪਰਚੇ ਕਰਾਏ, ਕਿਉਂਕਿ ਉਹ ਕਾਂਗਰਸ ਦਾ ਬੂਥ ਲਾਉਂਦਾ, ਕਾਂਗਰਸ ਨੂੰ ਸਪੋਰਟ ਕਰਦਾ। ਔਰ ਵੇਖੋ ਮੈਂ ਬੋਲ ਰਿਹਾ, ਇਲੈਕਸ਼ਨ ਕਮਿਸ਼ਨ ਚੱਲ ਰਿਹਾ, ਸਾਹਮਣੇ ਆ ਕੇ ਗੱਡੀਆਂ ਖੜੀਆਂ ਕੀਤੀਆਂ, ਉਹਦੇ ਸਿੱਧੇ ਫੈਰ ਮਾਰੇ, ਮੁੰਡੇ ਇੱਕ ਵਿਚਾਰਾ ਤੁਰਿਆ ਉਹਦੇ ਪੈਰਾਂ 'ਚ ਮਾਰਿਆ, ਔਰ ਉਹਦਾ ਇੱਕ ਹੱਥ ਦਾ ਇੱਕ ਹੱਥ ਵੱਢਦਾ, ਇੱਕ 'ਚ ਫੈਰ ਲੱਗਾ, ਇਕੱਲਾ ਹੀ ਸੀ ਉਹ। ਪਰ ਬੜੀ ਵੱਡਾ ਸਵਾਲ ਖੜੇ ਹੁੰਦੇ ਆ ਕਿ ਇੱਕ ਮੌਜੂਦਾ ਸਾਂਸਦ ਹੋਵੇ ਔਰ ਉਮੀਦਵਾਰ ਆ, ਉਹਦੀ ਰੈਲੀ ਦੇ ਵਿੱਚ ਆ ਕੇ ਗੋਲੀ ਚੱਲ। ਦੇਖ ਲਓ ਇਹ ਹਾਲਾਤ ਹੈ, ਇਹ ਹਾਲਾਤ ਹੈ ਪੰਜਾਬ ਦੇ, ਪੰਜਾਬ ਕਿਸੇ ਦੇ ਹੱਥ ਵੱਸ ਨਹੀਂ ਗਾ, ਲਹੂ ਲੁਹਾਣ ਹੋਇਆ ਪਿਆ ਪੰਜਾਬ। ਨਹੀਂ ਤਾਂ ਬੰਦਾ ਜੁਰਤ ਕਰਦਾ, ਜੇ ਮੰਤਰੀ ਦਾ ਇਸ਼ਾਰਾ ਨਾ ਹੋ ਮੈਨੂੰ ਦੱਸ, ਜੁਰਤ ਕਰਦਾ ਤਾਂ ਬੰਦਾ ਵੀ ਇੱਦਾਂ ਰੈਲੀ ਚੱਲਦੀ ਹੋਵੇ, ਕੋਈ MP ਬੋਲ ਰਿਹਾ ਹੋਵੇ, ਫੋਰਸ ਲੱਗੀ ਹੋਵੇ, ਆ ਕੇ ਗੋਲੀ ਮਾਰੇ ਕਿਸੇ ਦੇ ਵੀ, ਚਾਹੇ ਕੁਛ ਵੀ ਹੋਵੇ, ਭਾਵੇਂ ਉਹਦੇ ਪਿੰਡ ਦੇ ਹੀ ਮੁੰਡੇ ਨੇ। ਮਜੀਠੇ ਦੇ ਵਿੱਚ ਸਵੇਰ ਦਾ ਹੀ ਜਿਹੜੀ ਚੋਣ ਮੈਂ ਮੁਕਾ ਦਿਆ, ਇਸ ਵੇਲੇ ਵੀ ਮੈਂ ਮਜੀਠੇ ਹਾਂ, ਕੱਥੂ ਦੰਗਲ ਹੈ। ਸਵੇਰ ਦੀ ਅਸੀਂ ਕਈ ਮੀਟਿੰਗਾਂ ਰੈਲੀਆਂ ਜਿਹੜੀਆਂ ਕੀਤੀਆਂ, ਮੈਨੂੰ ਹੁਣੇ ਹੀ ਕਿਸੇ ਨੇ ਇੱਕ ਵੀਡੀਓ ਭੇਜੀ ਆ ਕਿ ਅਜਨਾਲੇ ਦੇ ਵਿੱਚ ਕੋਈ ਨੌਜਵਾਨ ਆਪੋ 'ਚ ਲੜ ਪਿਆ, ਨੌਜਵਾਨਾਂ ਨੇ ਕੋਈ ਆਪੋ 'ਚ ਕੋਈ ਉੱਥੇ ਗੁੰਡਾਗਰਦੀ ਹੋਈ ਹੈ।
ਮੈਨੂੰ ਇਹ ਵੀ ਪਤਾ ਲੱਗਾ ਕਿ ਉੱਥੇ ਹੋਈ ਜਿੱਥੇ ਕਿਤੇ ਕਾਂਗਰਸ ਦੀ ਰੈਲੀ ਹੋ ਰਹੀ ਸੀ, ਕਾਂਗਰਸ ਦੇ ਉਮੀਦਵਾਰ ਦੀ ਕੋਈ ਮੀਟਿੰਗ ਹੋ ਰਹੀ ਸੀ ਅਤੇ ਬਾਹਰ ਕਹਿੰਦੇ ਝਗੜਾ ਹੋ ਗਿਆ। ਔਰ ਮੈਂ ਬੜਾ ਹੈਰਾਨ ਹੈ ਕਿ ਸਾਡਾ ਉਮੀਦਵਾਰ ਜਿਹੜਾ ਬਹੁਤ ਬੁਰੀ ਤਰ੍ਹਾਂ ਮਤਲਬ ਧੈਸ਼ ਦੇ ਵਿੱਚ ਹੈ, ਬਿਨਾਂ ਸੋਚੇ ਸਮਝੇ ਉਹ ਲੜਾਈ ਨੂੰ ਸਾਡੇ ਨਾਲ ਜੋੜਤਾ। ਮੈਂ ਤੁਹਾਨੂੰ ਲਾਕਾ ਨਿਵਾਸੀਓ ਦੱਸਣਾ ਚਾਹੁੰਦਾ, ਇਡਾਲਾ ਨਿਵਾਸੀਓ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਇਹੋ ਜਿਹੀਆਂ ਘਟੀਆ ਕਾਰਵਾਈਆਂ ਨਹੀਂ ਕਰਦਾ। ਇਹ ਗੁੰਡਾਗਰਦੀ, ਇਹ ਲੜਾਈਆਂ, ਇਹ ਸਾਰਾ ਕੁਛ ਇਹ ਕਾਂਗਰਸੀਆਂ ਦੇ ਕੰਮ ਹੈ, ਇਹ ਸਾਡੇ ਕੰਮ ਨਹੀਂ। ਆਮ ਆਦਮੀ ਪਾਰਟੀ ਇਹ ਕੰਮ ਨਹੀਂ ਕਰਦੀ, ਨਾ ਇਸ ਲੜਾਈ ਨਾਲ ਸਾਡਾ ਕੋਈ ਵਾਸਤਾ, ਨਾ ਵਾਹ ਨਾ ਵਾਸਤਾ। ਔਰ ਦੂਜੀ ਗੱਲ, ਜਾਣ ਕੇ ਕਹਿ ਦਿੱਤਾ ਗਿਆ ਕਿ ਮੇਰੀ ਉੱਥੇ ਕੋਈ ਰਿਸ਼ਤੇਦਾਰੀ, ਅੱਗੋ ਦੌਲਕ ਮੇਰੀ ਕੋਈ ਰਿਸ਼ਤੇਦਾਰੀ ਨਹੀਂ। ਸਾਡੀ ਪਾਰਟੀ ਦੇ ਉੱਥੇ ਆਗੂ ਜਰਨੈਲ ਸਿੰਘ ਨੇ, ਜਿਹੜੇ ਪਿੰਡ ਦੇ ਸੈਕਟਰੀ ਨੇ, ਕੋਈ ਕਿਸੇ ਕਿਸਮ ਦੀ ਕੋਈ ਰਿਸ਼ਤੇਦਾਰੀ ਨਹੀਂ। ਕਿਹਦਾ ਝਗੜਾ ਹੋਇਆ ਕਿਹਦਾ ਨਹੀਂ ਹੋਇਆ ਇਹ ਵੀ ਨਹੀਂ ਮੈਨੂੰ ਪਤਾ, ਪਰ ਇਹ ਪਤਾ ਲੱਗਾ ਕਿ ਨੌਜਵਾਨ ਹੋਇਆ ਝਗੜਾ ਹੋਇਆ। ਸੋ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਾਡਾ ਇਹੋ ਜਿਹੇ ਝਗੜੇ ਨਾਲ ਨਾ ਕੋਈ ਸੰਬੰਧ ਹੈ, ਨਾ ਅਸੀਂ ਇੱਦਾਂ ਦੇ ਝਗੜੇ ਕਰਦੇ ਹਾਂ, ਅਸੀਂ ਵਿਕਾਸ ਦਾ ਕੰਮ ਕਰਦੇ ਹਾਂ ਸਰ। ਉਤਰਾ ਚ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ। ਬੀਜੇਪੀ ਹੈਡਕੁਆਟਰ ਦਾ ਘਿਰਾਓ ਕੀਤਾ ਜਾਏਗਾ, ਕੇਜਰੀਵਾਲ ਦੀ ਅਗਵਾਈ ਦੇ ਵਿੱਚ ਵੱਡਾ ਪ੍ਰਦਰਸ਼ਨ ਹੋਏਗਾ। ਵਿਧਾਇਕਾਂ, ਸੰਸਦਾਂ ਦੇ ਸਣੇ ਤਮਾਮ ਲੀਡਰਸ਼ਿਪ ਮੁਜ਼ਾਹਰਾ ਕਰੇਗੀ। ਅਰਵਿੰਦ ਕੇਜਰੀਵਾਲ ਦੀ ਬੀਜੇਪੀ ਨੂੰ ਚੁਣੌਤੀ ਵੀ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਅੱਜ 12 ਵਜੇ ਅਸੀਂ ਬੀਜੇਪੀ ਹੈਡਕੁਆਟਰ ਆ ਰਹੇ ਹਾਂ, ਜਿਸ ਜਿਸ ਨੂੰ ਜੇਲ੍ਹ ਦੇ ਵਿੱਚ ਭੇਜਣਾ ਹੈ ਭੇਜ ਦੇਣਾ, ਇੱਕ ਇੱਕ ਕਰਕੇ ਗ੍ਰਿਫ਼ਤਾਰ ਕਰਨਾ ਬੰਦ ਕਰੋ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਜੇਲ੍ਹ ਜੇਲ੍ਹ ਵਾਲੀ ਖੇਡ ਬੰਦ। मैं प्रधानमंत्री जी को बोलना चाहता हूं, प्रधानमंत्री जी आप ये जेल जेल का खेल खेल रहे हो, कभी एक को जेल में डालते हो, कभी मनीष सिसोदिया को, कभी अरविंद केजरीवाल को, कभी संजय सिंह को। कल मैं 12 बजे अपने सभी बड़े नेताओं के साथ, MLAs, MPs सबके साथ 12 बजे बीजेपी हेडक्वार्टर आ रहा हूं। जिस जिस को आप जेल में डालना चाहते हो आप जेल में डाल लो, एक साथ जेल में डाल दो। आपको लगता है कि आप आम आदमी पार्टी के नेताओं को जेल में डाल के आम आदमी पार्टी को क्रश कर दोगे? ऐसे आम आदमी पार्टी क्रश नहीं होने वाली, आप एक बार जा डाल के देख लो। अगे बताएंगे। उधर सुखबीर बादल ने अमृतपाल नु लेके सवाल चुके ने। उन्होंने कहा है कि 2 साल पहला अमृतपाल किथे सी। सुखबीर बादल ने कहा कि विदेश तो अचानक आके अमृत छकिया और लोगों तो पूछा है कि अकाली दल ज्यादा पंथक है या फिर अमृतपाल, ਪੰਥ ਦੇ ਲਈ ਕਿਸਦੀਆਂ ਕੁਰਬਾਨੀਆਂ ਜ਼ਿਆਦਾ ਨੇ। ਉਹਨਾਂ ਪੁੱਛਿਆ ਕਿ ਅੰਮ੍ਰਿਤਪਾਲ ਦੇ ਪਿੱਛੇ RSS ਦਾ ਹੱਥ ਹੋਣ ਦਾ ਉਹਨਾਂ ਨੇ ਖਦਸ਼ਾ ਵੀ ਜਤਾਇਆ ਹੈ, ਔਰ RSS ਅੰਮ੍ਰਿਤਪਾਲ ਦੇ ਜ਼ਰੀਏ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਦੇ ਵੱਲੋਂ ਰੈਲੀ ਦੇ ਦੌਰਾਨ ਇਹ ਇਲਜ਼ਾਮ ਲਗਾਏ ਜਾ ਚੁੱਕੇ ਨੇ, ਤਾਂ ਅੱਜ ਦੂਸਰੀ ਵਾਰ ਉਹਨਾਂ ਨੇ ਸਵਾਲ ਚੁੱਕੇ। ਇੱਕਦਮ ਜਹਾਜ਼ ਤੋਂ ਆਉਂਦਾ, ਬਾਲ ਕੱਟੇ ਹੁੰਦੇ ਆ, ਜੀਨਾਂ ਪਾਈਆਂ।
ਸਾਲ ਪਹਿਲੇ ਕੀ ਉਹ ਜ਼ਿਆਦਾ ਕੰਮ ਥੱਲੇ ਕਿ ਅਕਾਲੀ ਦਲ ਪਾਰਟੀ ਜਿਹੜੀ ਪੰਥੀ ਨੁਮਾਇੰਦਾ 103 ਸਾਲ ਪੁਰਾਣੀ ਪਾਰਟੀ ਵਿਰਸਾ ਸੋਹਣੇ ਦੇ ਪਹਿਲੇ ਦਾ ਅਮਰਿਤ ਛਕਾ 13 ਸਾਲ ਦਾ ਸੀ ਜੋ ਵਿਰਸੇ ਨੇ ਅਮਰਿਤ ਛਕਿਆ ਆ ਜ਼ਿਆਦਾ ਕੁਰਸੀ ਕਹਿ ਗਈ ਇਹਦਾ ਇੱਕ ਮਿਸਾਲ ਪਹਿਲੇ ਹੀ ਜਿਹੜੇ ਅਮਰਿਤ ਛਕਿਆ ਹਲੇ ਵੀ ਪਤਾ ਨਹੀਂ ਕਿੱਥੋਂ ਆਇਆ ਜੇ ਕੋਈ ਬੰਦਾ ਖਾਲਿਸਤਾਨ ਕਹੇ ਫਿਰ ਹਿੰਦੁਸਤਾਨ ਦੀ ਸਰਕਾਰ ਨੇ ਆਉਣ ਕਿਉਂ ਦਿੱਤਾ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕਹਿ ਰਹੇ ਆ ਕਿ ਅੰਮ੍ਰਿਤਪਾਲ ਸਿੰਘ ਦੇ ਲਈ ਭਾਰਤੀ ਜਨਤਾ ਪਾਰਟੀ ਜਾਂ RSS ਦਾ ਸਮਰਥਨ ਆ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਸਾਡੀ ਔਰ ਉਹਨਾਂ ਦੀ ਵਿਚਾਰਧਾਰਾ ਅਲੱਗ ਅਲੱਗ ਆ ਔਰ ਕਿਸ ਤਰ੍ਹਾਂ ਅਸੀਂ ਇੱਕ ਹੋ ਸਕਦੇ ਹਾਂ ਉਹ ਦੇਸ਼ ਨੂੰ ਤੋੜਨ ਵਾਲੀਆਂ ਸ਼ਕਤੀਆਂ 'ਚ ਸ਼ਾਮਿਲ ਨੇ ਅਸੀਂ ਜੋੜਨ ਵਾਲੀਆਂ 'ਚ ਸ਼ਾਮਿਲ ਹਾਂ ਇਹ ਕਿੰਨਾ ਫਰਕ ਆ ਜ਼ਮੀਨ ਅਸਮਾਨ ਦਾ ਫਰਕ ਆ ਤਾਂ ਮੈਂ ਇਹੀ ਕਹੂੰਗਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਨ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਔਰ ਅਕਾਲੀ ਦਲ ਆ ਉਸ ਦੀ ਪ੍ਰੈਸਟੀਜ ਲੋਅਰ ਹੁੰਦੀ ਆ ਔਰ ਲੋਕਾਂ ਦੇ ਮਨ 'ਚ ਉਸ ਦੇ ਲਈ ਸਨਮਾਨ ਅਤੇ ਸਤਿਕਾਰ ਘੱਟ ਹੁੰਦਾ ਇਹ ਝੂਠ ਬੋਲਣ ਨਾਲ ਔਰ ਇਸ ਅੰਮ੍ਰਿਤਪਾਲ ਜਿਹੀਆਂ ਜਿਹੜੀਆਂ ਸ਼ਕਤੀਆਂ ਨੇ ਇਹੋ ਜਿਹੀਆਂ ਉਹਨਾਂ ਨੂੰ ਸ਼ਿਕਸ਼ ਦੇਣੀ ਉਹਨਾਂ ਨੂੰ ਹਾਰ ਦੇਣੀ ਬਹੁਤ ਜ਼ਰੂਰੀ ਆ ਔਰ ਸਮਾਜ 'ਚ ਉਹਨਾਂ ਨੂੰ ਡਿਸਕਰੇਜ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਸ ਲਈ ਭਾਰਤੀ ਜਨਤਾ ਪਾਰਟੀ ਉਸ ਦੇ ਲਈ ਸਮਰਪਿਤ ਆ ਅੱਗੇ ਵਧਾਂਗੇ ਉਧਰ 24 ਮਈ ਨੂੰ ਪੰਜਾਬ ਆਉਣਗੇ PM ਨਰਿੰਦਰ ਮੋਦੀ ਤਾਂ ਜਲੰਧਰ ਦੇ ਵਿੱਚ ਵੱਡੀ ਰੈਲੀ ਸੰਬੋਧਨ ਕੀਤੀ ਜਾਏਗੀ ਤਾਂ ਪੰਜਾਬ ਦੇ ਵਿੱਚ BJP ਦਾ ਪ੍ਰਚਾਰ ਹੋਰ ਤੇਜ਼ ਕਰਨਗੇ ਔਰ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ ਦੱਸੀਏ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਹੁਣ ਖੁਦ BJP ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਨੇ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਤਹਿਤ ਪਾਰਟੀ ਨਹੀਂ ਲੜ ਰਹੀ ਔਰ ਬਹੁਤ ਸਾਰੇ ਵੱਡੇ ਆਗੂ ਅਸੀਂ ਵੇਖਿਆ ਪਿਛਲੇ ਸਮੇਂ ਦੇ ਵਿੱਚ ਵੱਖ ਵੱਖ ਪਾਰਟੀਆਂ ਤੋਂ BJP 'ਚ ਸ਼ਾਮਿਲ ਹੋਏ ਨੇ ਇਵਨ ਪ੍ਰਧਾਨ ਜਿਹੜੇ ਨੇ ਉਸ ਜਾਖੜ ਨੇ ਤਾਂ ਲਗਾਤਾਰ ਉਹਨਾਂ ਦੀ ਕੋਸ਼ਿਸ਼ ਹੈ ਕਿ ਕੁਨਬਾ ਜਿਹੜਾ ਹੈ ਵਧਾਇਆ ਜਾਵੇ ਤਾਂ ਖੁਦ PM ਆਉਣਗੇ ਔਰ ਰੈਲੀ ਉਧਰ ਅੰਬਾਲਾ ਦੇ ਵਿੱਚ ਰੈਲੀ ਦੇ ਦੌਰਾਨ PM ਮੋਦੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਤੇ ਤਿੱਖੇ ਨਿਸ਼ਾਨੇ ਸਾਧੇ PM ਨੇ ਕਿਹਾ ਕਿ ਦਿੱਲੀ ਹਰਿਆਣਾ ਦੇ ਵਿੱਚ ਤਾਂ ਦੋਵੇਂ ਇਕੱਠੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਪਰ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਚੁੱਕੀ ਫਿਰਦੇ ਨੇ ਝੰਡੇ ਦੇਸ਼ ਭਰ 'ਚ ਲੋਕ ਸਭਾ ਚੋਣਾਂ ਦਾ ਮਾਹੌਲ ਪੱਖਿਆ ਹੋਇਆ ਹੈ ਪੰਜਾਬ ਹਰਿਆਣਾ 'ਚ ਵੀ ਵੋਟਿੰਗ ਨੂੰ ਕੁਝ ਹੀ ਦਿਨ ਬਾਕੀ ਨੇ ਇਸ ਵਿਚਾਲੇ ਜਿੱਥੇ ਵਿਰੋਧੀ ਪਾਰਟੀਆਂ ਚੋਣ ਅਖਾੜੇ 'ਚ ਪੱਬਾਂ ਭਾਰ ਨੇ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਖੁਦ ਸਿਆਸੀ ਪਿੜ 'ਚ ਉਤਰੇ ਹੋਏ ਨੇ ਅੰਬਾਲਾ 'ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਜਿੱਥੇ ਉਹਨਾਂ ਆਮ ਆਦਮੀ ਪਾਰਟੀ ਕਾਂਗਰਸ ਗੱਠਜੋੜ ਤੇ ਤਿੱਖੇ ਨਿਸ਼ਾਨੇ ਸਾਧੇ